करो चैनल सबसक्राइब। सो सारिआं नूं प्यार भरी सति श्री अकाल। असीं सारिआं नूं प्यार भरी सति श्री अकाल। अज असीं रखड़ पुन्निआ वेखण चलणे आ नीशंग। अज असीं रखड़ पुन्निआ ते चलणे आ। ਇਹਦੀ ਛੁੱਟੀ ਐਤਕਾ 30 ਤਰੀਕ ਦੀ ਸੀ ਤਾਂ ਨੀਸੰਗ ਰੱਖੜ ਪੁੰਨਿਆ ਮਨਾਈ ਜਾਂਦੀ ਹੈ। ਉਹ ਐਤਕਾ 31 ਅਗਸਤ ਦੀ ਸੀ, ਇੱਕ ਦਿਨ ਬਾਅਦ ਵਿੱਚ ਸੀ ਛੁੱਟੀ ਸਕੂਲ ਦੀ। ਕੱਲ੍ਹ ਹੋਈ ਸੀ ਤਕਰੀਬਨ 90% ਸਾਰੇ ਸਕੂਲਾਂ ਦੀ, ਜੋ ਬਾਬੇ ਧਾਰਮਿਕ ਸਕੂਲਾਂ ਹਨ ਜਿਵੇਂ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਹੈ ਜਾਂ ਮਾਤਾ ਸੁੰਦਰੀ ਕਾਲਜ ਹੈ, ਉਹ ਬਾਬਿਆਂ ਰਿਲੇਟਿਵ ਹੈ, ਉਹਨਾਂ ਅੱਜ ਦੀ ਛੁੱਟੀ ਕੀਤੀ ਸੀ। ਸੋ ਇਹ ਸਕੂਲੋਂ ਆਈਏ ਤਾਂ ਇਹਦੀ ਜਿਵੇਂ ਵੈਨ ਹੁੰਦੀ ਉਨੀ ਸਿਓ ਕੁਛ ਬੱਚੇ ਤਾਰ ਕੇ ਫਿਰ ਵਾਪਸ ਆਉਂਦੀ ਡੇਰੇ 'ਤੇ, ਤਾਂ ਇਹਨੇ ਦੇਖ ਲਿਆ ਮੇਲਾ ਅੱਜ ਵੀ ਲੱਗਾ, ਇਹਨੇ ਪਾ ਰੌਲਾ ਦਿੱਤਾ। ਮੈਂ ਬੀਜੀ ਸਾਂ ਤਾਂ ਮੈਂ ਜਾਊ ਹੈ ਨਹੀਂ ਸਾਂ, ਟਾਈਮ ਨਹੀਂ ਸੀ, ਫਿਰ ਇਹਦੇ ਕਰਕੇ ਹੁਣ ਦੁਬਾਰਾ ਤਿਆਰ ਹੋਇਆ ਵਾਂ ਘਰ। ਤੁਹਾਨੂੰ ਪਤਾ ਹੀ ਕਿਹੜੇ ਕੱਪੜੇ ਪਾਈਦੇ ਨੇ, ਤਾਂ ਹੁਣ ਟਾਈਮ ਦੇਖੋ 2:15 ਹੋ ਗਏ ਨੇ। ਇਸ ਟਾਈਮ ਚੱਲੇ ਹਾਂ ਭਾਵੇਂ ਪ੍ਰੋਗਰਾਮ ਖਤਮ ਹੋ ਗਿਆ ਹੋਵੇ। ਸੋ ਆ ਜਾਓ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਨੀਸੰਗ ਦੇ। ਕੁਛ ਸਾਡੀ ਛੜਕ ਵੀ ਐਵੇਂ ਦੀ ਹੈ ਉਤਲੋਂ ਬੰਦਾ। ਮੈਂ ਨਾ ਜੇ ਕੋਲਡ ਡਰਿੰਕ ਪੀ ਕੇ ਆ ਜੇ ਨਾ, ਉਹਦੀ ਨੱਕ ਅਤੇ ਕੰਨਾਂ ਥਾਂ ਪੈ ਜਾਏ ਲੂਣ ਪਾ ਕੇ ਬੋਤਲ 'ਚ ਕੋਲਡ ਡਰਿੰਕ ਬਾਹਰ ਨਿਕਲਦਾ, ਐਵੇਂ ਨਿਕਲੇ ਦੇ ਉਵੇਂ ਸਰਪੰਚ ਕੋਲ ਟੁਰ ਜਾਏ ਵੀ ਆ ਵੀ ਸਾਡਾ ਆਪਰੇਸ਼ਨ ਕਰਾ ਕੰਨਾਂ ਦਾ, ਵੀ ਇਹ ਤੇਰੀ ਗ੍ਰਾਂਟ ਨਿਕਲਦੀ ਹੈ ਦੋਨਾਂ ਸਾਈਡਾਂ ਤੋਂ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹੈ ਨਾ, ਕਾਫੀ ਸਾਲ ਪੁਰਾਣੀ ਗੱਲ, ਉਦੋਂ ਇੱਥੇ ਸਾਡੇ ਰਾਹ ਦੀਆਂ ਜਿੰਨੀਆਂ ਵੀ ਕੁੜੀਆਂ ਹਨ ਸਾਰੀਆਂ ਹੀ ਆਪਣੇ ਰੱਖੜੀਆਂ ਲੈ ਕੇ ਆਉਂਦੀਆਂ ਹਨ, ਤਾਂ ਨਾਲ ਜੀਜੇ ਵੀ ਰੱਖੜ ਪੁੰਨਿਆ ਵੇਖ ਕੇ ਰਾਤ ਨੂੰ ਮੁਰਗਾ ਛਾਪ ਮੁਰਗਾ ਪੈਂਦੇ ਹਨ। ਉਹ ਸਾਡੇ ਵੀ ਆਉਂਦੇ ਹਨ ਤਾਏ ਕੇ ਵੀ, ਸਾਰਿਆਂ ਦੇ ਤਕਰੀਬਨ ਜਿੰਨੇ ਵੀ ਸਾਡੇ ਰਾਹ 'ਤੇ ਜਿੰਨੇ ਵੀ ਘਰ ਨੇ ਸਾਰਿਆਂ ਦੀਆਂ ਇਹ ਤਿੰਨ ਤਿੰਨ ਦੋ ਦੋ ਸਾਰਿਆਂ ਦੀਆਂ ਕੁੜੀਆਂ ਤਾਂ ਹੈ ਹੀ ਸਨ। ਹੁਣ ਤਾਂ ਤੁਹਾਨੂੰ ਪਤਾ ਹੀ, ਮੁੰਡੇ ਅਮਰੀਕਾ ਅਤੇ ਕੁੜੀਆਂ ਕਨੇਡਾ ਰਹਿੰਦੇ ਖੁੰਦੇ ਇੱਥੇ ਰਹਿ ਗਏ ਨੇ ਵਿਚਾਰੇ, ਉਵੇਂ ਦੇ ਜਾਂ ਛੋਟੇ ਬੱਚੇ ਰਹਿ ਗਏ ਨੇ, ਤਾਂ ਰੌਣਕਾਂ ਉਹ ਹਿਸਾਬ ਹੀ ਵੀ ਬੜੀ ਨੀਸੰਗ ਦੀ ਰੱਖੜੀ ਬੜੀ ਮੰਨੀ ਹੁੰਦੀ ਸੀ। ਤਾਂ ਹੁਣ ਉਹ ਗੱਲਾਂ ਨਹੀਂ ਰਹੀਆਂ, ਤਿਉਹਾਰ ਵੀ ਬੜੀ ਭੀੜ ਹੁੰਦੀ ਸੀ, ਹੁਣ ਪਹਿਲਾਂ ਜਿੰਨੀ ਭੀੜ ਨਹੀਂ ਰਹੀ ਜਾਂਦੇ ਨੇ। ਹੋਰ ਬਾਬੂ ਜੀ ਠੀਕ ਹੋ? ਮਜ਼ਬੂਤ ਸੇ ਮਜ਼ਬੂਤ ਖਿਲੋਣੇ, ਸੋ ਕੇ ਚਾਰ ਸੋ ਕੇ ਚਾਰ ਸੁਪਰ ਸੁਪਰ ਖਿਲੋਣੇ
वेट हो गया तेरा। वेट हो गया तेरा वेट। चलना है ना तेरे पास से खलोते हाँ। उधर बचकार जी बह सैट लगी उल्टी ना भरा सानू तार दे तू मैं साढ़े बेले मार है कुड़िए कुड़ी प्यो दे भी आए खलोते ने भैजो ओए किथे आ गए मेरा तो बुरा हाल कर पैन चट्टा साहब लत्ता कम दिया ने नो बिल्कुल नहीं देख ला दे चट दे आवे थोड़े थोड़े कम देनी हां लत कम दे मेरे चाथ वाला ही सिस्टम ए भजाएगा मगरों भी ठुकेगा ये तू जूस पी के चढ़ना तेनू ता उल्टी आउंदी है जूस पी के चढ़ना तू ते मैं तेनू कोच बनाया भी पहला उल्टियां आ गई तेनू नहीं वो तो ठीक है हम उत्ते बिठा दे धुप से कली चंद्रयान से छड़ते ही थले लाया उस पास हाँ हाँ क्यों है देखता पे देखता कौन नहीं देखता कौन नहीं कुदरत कुछ नहीं हुंदा इन्ने रोला पाया स्कूलो आ गया मैं जाना जाना गल्ला लाल हो गया ना उदियां को तो चढ़ा आजा तार दे उतार दे सरदार लखविंदर सिंह मल्ली 150,000 सरदार मेहर सिंह बब्बर सरदार कमनदीप सिंह सौनका 51,000 सरदार सुखजीत सिंह सौनका 25,000 इस तो इलावा
ਮੰਦਰ ਦੀ ਪਾਰਕਿੰਗ ਥੋੜ੍ਹੀ ਖਾਲੀ ਰਹਿੰਦੀ ਹੈ, ਗੁਰਦੁਆਰਾ ਅੱਜ ਬਿਜ਼ੀ ਸੀ, ਮੰਦਰ ਦੀ ਪਾਰਕਿੰਗ ਵਿੱਚ ਗੱਡੀ ਖਿਲਾਰ ਦੇ, ਕਈਆਂ ਨੂੰ ਪਤਾ ਸੀ ਜਿਨ੍ਹਾਂ ਨੂੰ ਖਿਲਾਰੀ ਹੈ ਨਾ। ਚਲੋ ਕੁਦਰਤ ਬਹਿ। ਸੋ ਪਹਿਲਾਂ ਨਾਲੋਂ ਭੀੜ ਭੂੜ ਤਾਂ ਸੰਗਤ ਬੜੀ ਘੱਟ ਗਈ ਹੈ, ਹੁਣ ਰਾਵਾਜ ਐਵੇਂ ਦਾ ਹੋ ਗਿਆ, ਪਰ ਪ੍ਰੋਗਰਾਮ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸੀ। ਤਾਂ ਕੁਦਰਤ ਕੱਲ੍ਹ ਵੀ ਖਿਡੌਣੇ ਲਈ ਸੀ, ਅੱਜ ਫਿਰ ਅੱਜ ਕੱਲ੍ਹ ਕੱਲ੍ਹ ਕੀ ਲਿਆਈ ਸੀ ਕੁਦਰਤ ਤੋਂ? ਇੱਕ ਬਲੈਕ ਬੋਰਡ, ਇੱਕ ਪੱਖਾ ਸੀ, ਇੱਕ ਸੁਖਮਣੀ ਦਾ ਕੀ ਸੀ, ਅੱਛਾ ਉਹ ਟਿਕ 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 ਕਰਨ ਵਾਲਾ ਸੀ, ਉਹ ਪਿਛਲੀ ਵੀਡੀਓ 'ਚ ਆਇਆ ਵੀ ਸੀ। ਅੱਜ ਖਿਡੌਣੇ ਆ ਸੁਖਮਣੀ ਵਾਸਤੇ ਲਿਆ ਸੀ, ਉਹ ਜ਼ਿਆਦਾ ਵਹਿੰਦੀ ਹੈ ਨਾ। ਮੈਂ ਤੋਤਾ ਇੱਕ ਲਿਆ, ਟੈਲੀਫੋਨ, ਅਤੇ ਆ ਕੁਦਰਤ ਦਾ ਟੋਏ, ਇਹਨੇ ਆਪਣਾ ਗੁੱਡੀ ਗਾਡੀ ਜੀ ਕੀ ਜੁੱਤੇ ਜਾਤੇ 'ਚ ਪਰਸ ਨੇ ਲਿਆ। ਆ ਬੋਲਦਾ ਇਹ, ਪਰ ਇਹ ਬੋਲਿਆ ਨਹੀਂ, ਆਪਾਂ ਨਹੀਂ ਸੰਗੀ ਹਾਂ, ਇਹ ਆਪਾਂ ਚੇਂਜ ਕਰਨੇ ਉਹਦੇ ਤੋਂ। ਸੋ ਹੁਣ ਅਸੀਂ ਚੱਲੇ ਘਰ। ਸੋ ਮੇਲਾ ਰੱਖੜੀ ਦਾ ਕਿੱਦਾਂ ਲੱਗਾ?